ਡਾਕਟਰ ਐਮ ਐਸ ਰੰਧਾਵਾ ਅੰਬਚੂਪ ਮੇਲਾ ਜਿਹੜਾ ਉਹਦੇ ਵਿੱਚ ਪਹੁੰਚੇ ਹੋਏ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਵਿਦਵਾਨ ਸੱਜਣ ਪਰ ਮੇਰੇ ਨਾਲੋਂ ਕਈ ਗੁਣਾ ਵੱਧ ਅੰਬ ਚੂਪਣ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਦਿਨ ਸ਼ੁਰੂ ਕਰਿਆ ਕੰਸੈਪਟ ਗਿੱਲ ਅੰਕਲ ਨੇ ਤਾਂ ਇਹਨਾਂ ਨੇ ਇੱਕ ਪਾਇਆ ਹੋਇਆ ਸੀਗਾ ਆਪਣਾ ਫੇਸਬੁੱਕ ਦੇ ਉੱਤੇ ਵੀ ਕੋਈ ਨੇਤਰੇ ਇਸ ਤਰ੍ਹਾਂ ਦਾ ਮੇਲਾ ਹੋਵੇ, ਉਹਦੇ ਨਾਲ ਇੱਕ ਗੀਤ ਵੀ ਲਿਖਿਆ ਹੋਇਆ ਸੀ ਅੰਬਾਂ ਦੀ ਰੁੱਤ ਦਾ ਗੀਤ। ਅਤੇ ਉਸੇ ਦਿਨ ਮੇਰੇ ਮਨ 'ਚ ਹੋਇਆ ਵੀ ਕੋਸ਼ਿਸ਼ ਕਰਾਂਗੇ ਵੀ ਜਿੱਥੇ ਵੀ ਹੋਇਆ ਤਾਂ ਆਪਾਂ ਜਾਵਾਂਗੇ। ਜਿਹੜਾ ਪੂਰਨਮਾਸ਼ੀ ਮਨਾਈ ਗਈ 101 ਸਾਲਾਂ ਜਨਮ ਦਿਹਾੜਾ ਕਮਲ ਸਾਹਿਬ ਦਾ, ਉੱਥੇ ਉਹਦੇ ਬਾਬਤ ਮੈਂ ਕਿਹਨੂੰ ਪੁੱਛਿਆ ਗੱਲ ਕਰੀ ਅਤੇ ਮੇਲੇ ਬਾਬਤ ਵੀ ਪੁੱਛਿਆ। ਅਤੇ ਅਸੀਂ ਰਸ਼ੀਆ ਜਾਣਾ ਸੀ, ਕੁਦਰਤੀ ਬਚ ਗਏ ਜਾਣ ਤੋਂ, ਆ ਤੁਹਾਡੇ ਦਰਸ਼ਨ ਹੋਣੇ ਦੀ ਬਹੁਤ ਵਧੀਆ ਖੁਸ਼ ਨਸੀਬ ਆ, ਜਿਹੜੇ ਉੱਥੇ ਨਾਲੋਂ ਆ ਜ਼ਿਆਦਾ ਵਧੀਆ ਮੈਨੂੰ ਵਧੀਆ ਲੱਗ ਰਿਹਾ। ਸੋ ਆਪਾਂ ਉਸੇ ਮੈਂ ਜ਼ਿਆਦਾ ਗੱਲਾਂ ਨਾ ਕਰਾਂ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਸ ਤਰ੍ਹਾਂ ਭਾਜੀ ਹੋਣਾ ਪਹਿਲਾਂ ਗੱਲ ਕਰੀਏ ਵੀ ਦਰੱਖਤਾਂ ਦੀ ਜ਼ਰੂਰਤ ਆ। ਜਿਹੜੀ ਪੰਜਾਬੀ ਵਿਰਾਸਤ ਅੱਜ ਕੱਲ੍ਹ ਦੀ ਜਿਹੜੀ ਗਾਇਕੀ ਆ ਉਹ ਸੁਣਨ ਵਾਲੀ ਘੱਟ ਆ, ਉਹ ਲੋਕ ਦੇਖਦੇ ਜ਼ਿਆਦਾ ਨੇ, ਉਹਨੂੰ ਦੇਖ ਦੇਖ ਕੇ ਹੀ ਲੁਤਫ ਲੈਂਦੇ ਨੇ, ਸੁਣਨ ਉਹਨਾਂ ਵਿੱਚ ਕੁਛ ਹੈ ਨਹੀਂ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿੱਥੇ ਵਿਰਾਸਤੀ ਗਾਇਕੀ ਨੂੰ ਸੰਭਾਲਿਆ ਜਾਵੇ। ਅਤੇ ਇੱਕ ਨਵਾਂ ਮੇਰੇ ਮਨ ਦੇ ਵਿੱਚ ਬਹੁਤ ਚਿਰ ਦੀ ਖਾਹਿਸ਼ ਸੀਗੀ ਵੀ ਜਿਹੜੇ ਸਾਹਿਤਕ ਗੀਤ ਨੇ ਜਿਸ ਤਰ੍ਹਾਂ ਦੇ ਵੱਡੇ ਰਾਈਟਰ ਨੇ ਗੁਰਭਜਨ ਗਿੱਲ ਸਾਹਿਬ, ਇਹੋ ਜਿਹੇ ਗੀਤਾਂ ਨੂੰ ਅਸੀਂ ਲੋਕ ਰੰਗ ਦੇ ਵਿੱਚ ਰੰਗ ਕੇ ਲੋਕਾਂ ਦੀ ਕਚਹਿਰੀ 'ਚ ਲੈ ਕੇ ਜਾਈਏ। ਕਿਉਂਕਿ ਇੱਕ ਜਿਹੜਾ ਪਾੜਾ ਮੈਂ ਸਮਝਦਾ ਗਿੱਲ ਸਾਹਿਬ ਵੱਡਾ ਬਣ ਚੁੱਕਿਆ ਵੀ ਜਿਹੜੇ ਸਾਹਿਤਕ ਸਾਹਿਤਕਾਰ ਨੇ ਉਹਨਾਂ ਦੇ ਸਾਹਿਤਕ ਗੀਤ ਨੇ ਜਾਂ ਸਾਹਿਤਕ ਰਚਨਾਵਾਂ ਨੇ ਉਹ ਉਹਨਾਂ ਦਾ ਦਾਇਰਾ ਛੋਟਾ ਹੋ ਕੇ ਉਹ ਉਨਿਆਂ ਕੁ ਰਹਿ ਗਿਆ, ਆਮ ਲੋਕਾਂ ਦੇ ਵਿੱਚ ਨਹੀਂ ਜਾ ਰਹੇ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਸਾਹਿਤਕ ਹੋਰ ਵੀ ਅੱਗੇ ਕਰਦੇ ਰਹਾਂਗੇ ਵੀ ਇਹ ਬੱਚਿਆਂ ਨੂੰ ਨਾਲ ਲੈ ਕੇ ਵੀ ਸਾਹਿਤਕ ਗੀਤਾਂ ਨੂੰ ਲੋਕ ਰੰਗ ਦੇ ਵਿੱਚ ਰੰਗ ਕੇ ਲੋਕ ਸਾਜ਼ਾਂ ਦੇ ਨਾਲ ਆਪਾਂ ਲੋਕਾਂ ਦੀ ਕਚਹਿਰੀ 'ਚ ਪੇਸ਼ ਕਰਦੇ ਰਹੀਏ। ਉਹ ਪਹਿਲਾ ਗੀਤ ਜਿਹੜਾ ਇਸ ਮੇਲੇ ਬਾਬਤ ਅੰਬਾਂ ਨੂੰ ਪੈ ਗਿਆ ਬੋਰਨੀ ਜਿੰਨ ਫੇਟੇ ਖਾਂਦੀ, ਉਹੀ ਤੁਹਾਡੇ ਨਾਲ ਸਾਂਝਾ ਕਰਾਂਗੇ। ਆਪ ਕੰਪੋਜੀਸ਼ਨ ਮੈਂ ਬਣਾਈ ਆ, ਪ੍ਰਵਾਨ ਕਰਿਓ ਗੁਰਦੀਪ ਜੀ ਬੈਠੇ ਨੇ ਸੰਗੀਤ ਦੇ ਜਾਣਕਾਰ ਨੇ, ਸਾਡਾ ਤਾਂ ਜੱਟ ਗਾਉਣਾ ਜੀ ਸਿੱਧਾ ਜਿਹਾ ਬੜਾ ਨਹੀਂ, ਅਸੀਂ ਸਿੱਧਾ ਸਾਧਾ ਗਾਉਣਾ ਜਿਵੇਂ ਉਹ ਸਵਾਗੇ ਦੇ ਕੱਢ ਕੇ ਕਲੀਆਂ ਲਾਉਣ ਵਾਲਾ ਕੰਮ ਆ ਸਾਡਾ। ਲਓ ਤੁਹਾਡੇ ਨਾਲ ਗੀਤ ਸਾਂਝਾ ਕਰਦੇ ਹਾਂ। ਜਿਸਮ ਪਿਘਲਦਾ ਜਾਵੇ
ਜਦੋਂ ਬਾਅਦ
ਗਿੱਲ ਸਾਹਿਬ ਦੀ ਰਚਨਾ ਹੁਣ ਹਜੂਰਾ ਸਿੰਘ ਦੀ ਕਲੀ ਸੀ ਬਾਜੇ ਤਾਂ ਡਰਦੇ ਆ ਵੀ ਬਾਜਾ ਲੈ ਕੇ ਬਹਿ ਕੇ ਤਾਂ ਹਟਣਾ ਨਹੀਂ ਮੈਨੂੰ ਓਦਾਂ ਨਹੀਂ ਆਉਂਦਾ ਕੌਣ ਮੈਨੂੰ ਸੁਰ ਭੁੱਲ ਜਾਂਦੇ ਪਤਾ ਹੀ ਨਹੀਂ ਲੱਗਦਾ ਹਾਂਜੀ ਗੱਲ ਕਰਨ ਲੱਗਿਆ ਇਹ ਪੁਰਾਤਨ ਢਾਡੀ ਰਾਗ ਆ ਜੋੜੇ ਦੀ ਕਲੀ ਕਿਹਾ ਜਾਂਦਾ ਸਾਡੇ ਇਲਾਕੇ ਹਜੂਰਾ ਸਿੰਘ ਬਟਾਰੀ ਹੋਏ ਨੇ ਬਟਾਰੀ ਪਿੰਡ ਤੋਂ ਹਜੂਰਾ ਸਿੰਘ ਗਰੇਵਾਲ ਉਹਨੇ 996 ਕਲੀਆਂ 'ਚ ਹੀਰ ਲਿਖੀ ਹੈ ਭਾਵੇਂ ਸਾਹਿਤਕ ਹਲਕਿਆਂ 'ਚ ਵਾਰਸ਼ਾਹ ਦੀ ਹੀਰ ਨੂੰ ਜ਼ਿਆਦਾ ਸੁਣਿਆ ਪੜ੍ਹਿਆ ਜਾਂਦਾ ਪਰ ਜਿਹੜੇ ਲੋਕ ਮੇਲੇ ਨੇ ਪੰਜਾਬ ਦੇ ਈਵਨ ਪਾਕਿਸਤਾਨ ਦੇ ਵਿੱਚ ਵੀ ਤੁੰਬੇ ਲਗੋਜੇ ਤਾਂ ਹਜੂਰਾ ਸਿੰਘ ਦੀ ਹੀਰ ਪਾਉਂਦੇ ਨੇ ਲੋਕ ਔਰ ਇਹ ਹੀਰ ਹਜੂਰਾ ਸਿੰਘ ਦੀ ਹੀਰ ਦੇ ਕਾਰਨ ਇਹ ਜਿਹੜਾ ਢਾਡੀ ਰਾਗ ਆ ਜੋੜੇ ਦੀ ਕਲੀ ਜੇ ਕੋਈ ਧਾਰਮਿਕ ਰਚਨਾ ਵੀ ਬੋਲੀ ਜਾਂਦੀ ਹੈ ਨਾ ਤਾਂ ਗੁਰਦੁਆਰੇ 'ਚ ਵੀ ਕਹਿੰਦੇ ਨੇ ਵੀ ਹੀਰ ਵਜਾ ਦੇ ਇੱਕ ਮਿੱਕ ਹੋ ਗਈ ਇਹ ਜੋੜੇ ਦੀ ਕਲੀ ਦੇ ਹੀਰ
ਤਾਂ ਉਹਦੇ ਨਾਲ ਉਹਦੇ ਵਿੱਚੋਂ ਹੀਰ ਵਿਆਹੀ ਜਾਂਦੀ ਆ ਜਦੋਂ ਦੀ ਗੱਲ ਕਰਨੀ ਆ ਤਾਂ ਰਾਂਝਾ ਗੁਰੂ ਗੋਰਖ ਨਾਥ ਦੇ ਕੋਲ ਆ ਜਾਂਦਾ ਉਸ ਤੋਂ ਆ ਕੇ ਜੋਗ ਲੈਂਦਾ ਕਿਉਂਕਿ ਮੈਂ ਸ਼ੋਰਟ ਕਰਦਾ ਜਾਵਾਂ ਲੰਬੀ ਆ ਉਹਦੇ ਵਿੱਚ ਕਲੀਆਂ ਨੇ ਸੈਂਕੜੇ ਹੀ ਤਾਂ ਉੱਥੇ ਜਾ ਕੇ ਜੋਗ ਲੈਣ ਤੋਂ ਬਾਅਦ ਉਹ ਕਹਿੰਦਾ ਵੀ ਮੈਨੂੰ ਹੀਰ ਦਾ ਪਤਾ ਮੰਗਾ ਕੇ ਦੇ ਵੀ ਕਿਵੇਂ ਆ ਕਿੱਥੇ ਤਾਂ ਗੁਰੂ ਗੋਰਖ ਨਾਥ ਇੱਕ ਕੌਂ ਦਾ ਬੱਚਾ ਬੁਲਾਉਂਦਾ ਉਹਦੇ ਰਾਹੀਂ ਉਹਦਾ ਪਤਾ ਮੰਗਾਉਂਦਾ ਅਤੇ ਉਹ ਗੋਰਖ ਨਾਥ ਕਹਿੰਦਾ ਵੀ ਕਿਹੋ ਜਿਹੀ ਆ ਹੀਰ ਤਾਂ ਰਾਂਝਾ ਜਿਹੜੀਆਂ ਹੀਰ ਦੀਆਂ ਸਿਫਤਾਂ ਦੱਸਦਾ ਉਹ ਹਜੂਰਾ ਸਿੰਘ ਬਟਾਰੀ ਵਾਲੇ ਨੇ ਜਿਵੇਂ ਲਿਖਿਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ
ਵਾਸਤੇ ਆਪਾਂ ਇੱਥੋਂ ਕੇਸ਼ ਬਗੀਚੇ ਜਾਵਾਂਗੇ ਇੱਥੇ ਆਵੇ ਤਾਂ ਬੂਟੇ ਵੱਧ ਹੁੰਦੇ ਤਾਂ ਮੀਡੀਆ ਵਾਲੇ ਕੋਲ ਦੋਸਤਾਂ ਦੀ ਇੱਛਾ ਕਿ ਉੱਥੇ ਰਿਕਾਰਡ ਕੀਤਾ ਜਾਵੇ ਤਾਂ ਆਪਾਂ ਆਪਣੇ ਇੱਥੇ ਆਰਾਮ ਲੈ ਲਓ ਚੁੱਕੋ ਨਾ ਚੁੱਕੋ ਤੁਹਾਡੇ ਹੱਥ 'ਤੇ ਅੰਬ ਜ਼ਰੂਰ ਹੋਣਾ ਚਾਹੀਦਾ ਤੁਸੀਂ ਆਪਣੀ ਸਰੰਗੀ ਵਾਦਨ ਕਰਦੇ ਕਰਦੇ ਸਾਡੇ ਅੱਗੇ ਲੱਗਣਾ ਤੁਹਾਡੇ ਮਗਰ ਮਗਰ ਆਉਣਾ ਦੇਖੋ ਜਿਹੜਾ